ਮੈਮ ਕਿਦਾਂ ਦਾ ਲੱਗਿਆ ਫਸਟ ਟਾਈਮ ਆਫਟਰ ਮੈਰਿਜ ਗੋਲਡਨ ਟੈਂਪਲ ਦਾ ਸਫ਼ਰ? ਬਹੁਤ ਬਹੁਤ ਵਧੀਆ ਲੱਗਿਆ। ਅਸੀਂ ਪਹਿਲੀ ਵਾਰ ਕਿਤੇ ਹੁੰਦਾ ਨਾ ਆਸ਼ੀਰਵਾਦ ਲੈਣ, ਤੁਸੀਂ ਜਾਂਦੇ ਹੋ ਇੱਕ ਇੱਕ ਸੱਚੀ ਜਗ੍ਹਾ, ਇੱਕ ਹੋਲੀ ਸ਼ਰਾਈਨ, ਅਤੇ ਕੋਵਿਡ ਦਾ ਵਕਤ ਹੈ, ਆਪਾਂ ਜਾ ਨਹੀਂ ਸਕੇ, ਬਟ ਜਿੱਦਾਂ ਹੀ ਮੌਕਾ ਬਣਿਆ ਵੀ ਥੋਟ ਬਾਬਾ ਜੀ ਤੇ ਜ਼ਰੂਰ 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 ਆਵਾਂਗੇ ਅਤੇ ਵੀ ਆਰ ਆਲ ਹੀਅਰ। ਐਂਡ ਬਹੁਤ ਵਧੀਆ ਲੱਗਿਆ, ਬਹੁਤ ਹੀ ਇੱਕ ਸਰੀਨ, ਬਹੁਤ ਹੀ ਸੋਹਣਾ ਸਮਾਂ, ਬਹੁਤ ਹੀ ਸੋਹਣੇ ਦਰਸ਼ਨ, ਅਤੇ ਬਹੁਤ ਆਪਾਂ ਕਦੀ ਨਹੀਂ ਭੁੱਲਾਂਗੇ, ਅਤੇ ਬਹੁਤ ਵੀ ਵੈਰੀ ਥੈਂਕ ਯੂ। ਮੈਮ ਆਪਣੇ ਅਪਕਮਿੰਗ ਪ੍ਰੋਜੈਕਟਸ ਬਾਰੇ ਵੀ ਜ਼ਰੂਰ ਦੱਸਿਓ, ਦਰਸ਼ਕਾਂ ਨੇ ਬਹੁਤ ਲਾਈਕ ਕੀਤੀਆਂ ਤੁਹਾਡੀਆਂ ਰੀਸੈਂਟ ਮੂਵੀ, ਸਪੈਸ਼ਲੀ ਭੂਤ ਪੁਲਿਸ। ਕੀ ਹੁਣ ਨਵਾਂ ਕੁਝ ਲੈ ਕੇ ਆ ਰਹੇ ਹੋ ਔਰ ਕਿਹੜੇ ਹੋਰ ਚਿਹਰਿਆਂ ਦੇ ਨਾਲ ਕੰਮ ਕਰਦੇ ਹੋਏ ਨਜ਼ਰ ਆਉਂਦੇ? ਥੋੜ੍ਹਾ ਜਿਹਾ ਅਜੀਬ ਥੋੜ੍ਹਾ ਜਿਹਾ ਲੱਗ ਰਿਹਾ ਇੱਥੇ ਖੜ੍ਹੇ ਹੋ ਕੇ ਕੰਮ ਦੀ ਗੱਲ ਕਰਨਾ, ਬਟ ਚਲੋ ਤੁਸੀਂ ਪੁੱਛ ਰਹੇ ਹੋ ਤਾਂ ਮੈਂ ਦੱਸ ਦਿੰਦੀ ਹਾਂ ਦੈਟ ਇੱਕ 10ਵੀਂ ਆ ਰਹੀ ਹੈ ਫਿਲਮ, ਇੱਕ ਥਰਸਡੇ ਆ ਰਹੀ ਹੈ, ਇੱਕ ਲੋਸਟ ਆ ਰਹੀ ਹੈ, ਇੱਕ ਅਤੇ 3 ਹੋਰ ਨੇ, ਬਟ ਜ਼ਿਆਦਾ ਮੈਂ ਕੰਮ ਦੀ ਗੱਲਾਂ ਥੋੜ੍ਹੀ ਘੱਟ ਹੀ ਕਰਾਂਗੀ ਇੱਥੇ, ਕਿਉਂਕਿ ਇੱਥੇ ਮਾਹੌਲ ਹੀ ਕੁਛ ਹੋਰ ਹੈ ਬਿਲਕੁਲ। ਇੰਨਾ ਸੋਹਣੀ ਸ਼ਾਮ, ਇੰਨਾ ਸੋਹਣੇ ਦਰਸ਼ਨ, ਅਤੇ ਬਹੁਤ ਬਹੁਤ ਮਨ ਨਹੀਂ ਕਰਿਆ ਇੱਥੋਂ ਜਾਣ ਦਾ, ਅਤੇ ਵੀ ਵੈਰੀ ਥੈਂਕਫੁਲ। ਕੀ ਅਰਦਾਸ ਕੀਤੀ ਸੀ? ਅਰਦਾਸ ਤਾਂ ਦਿਲ 'ਚ ਹੁੰਦੀ ਹੈ, ਉਹ ਕੀ ਦੱਸੀ ਹੈ, ਬਟ ਸਭ ਦੇ ਲਈ ਖੁਸ਼ੀਆਂ, ਸਭ ਦੇ ਲਈ ਆਸ਼ੀਰਵਾਦ ਬਾਬਾ ਜੀ ਦੀ ਮਿਹਰ। ਥੈਂਕ ਯੂ।